ਹਾਂਜੀ ਦੋਸਤੋ ਬਿਲਕੁਲ ਨਵਾਂ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਸਾਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ ਸੁਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਇਨ ਸਬੋਡੀਨੇਟ ਕੋਰਟਸ ਦੇ ਵੱਲੋਂ ਜੀ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ ਬਿਹਾਫ ਆਫ ਦਾ ਡਿਸਟਿੰਗੁਇੰਡ ਸੈਸ਼ਨ ਜੱਜ ਜੂਟੀ ਚੰਡੀਗੜ੍ਹ ਦੇ ਬਿਹਾਫ ਦੇ ਉੱਤੇ ਹੋਵੇਗਾ ਜੀ ਤੇ ਤਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੋ ਵੀ ਆਪਸ ਨੇ ਇਸ ਵੀਡੀਓ ਨੂੰ ਜ਼ਰੂਰ ਦੇਖਣ ਉਹ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਕਿਹੜੀਆਂ ਉਹ ਪੋਸਟਾਂ ਨੇ ਜਿਨ੍ਹਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਏਜ ਲਿਮਟ ਕੀ ਹੋਵੇਗੀ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਜੀ ਕਿਉਂਕਿ ਇਸ ਨਾਲ ਸਾਡੇ ਚੈਨਲ ਦੇ ਉੱਤੇ ਕੋਈ ਵੀ ਵੀਡੀਓ ਅਪਲੋਡ ਹੁੰਦੀ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇਗਾ ਜਾਂ ਪੰਜਾਬ ਦੇ ਵਿੱਚ ਕੋਈ ਗਵਰਨਮੈਂਟ ਜੌਬ ਆਉਂਦੀ ਹੈ ਪ੍ਰਾਈਵੇਟ ਜੌਬ ਆਉਂਦੀ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਜੀ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਵੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇਗੀ ਜੀ ਇੱਕ ਸਾਡਾ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ ਸੋਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਇਨ ਸਬੋਡੀਨੇਟ ਕੋਰਟਸ SSC ਦੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ ਜੋ ਕਿ 3.9.2022 ਦੀ ਡੇਟ ਦੇ ਵਿੱਚ ਜਾਰੀ ਕੀਤਾ ਗਿਆ ਹੈ ਜੀ এমਪਲॉयਮੈਂਟ ਨੋਟਸ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਇਹ ਇਹਨਾਂ ਦਾ এমਪਲॉयਮੈਂਟ ਨੋਟਸ ਨੰਬਰ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਹਨਾਂ ਪੋਸਟਾਂ ਦੇ ਲਈ ਤੇ ਅਪਲਾਈ ਕਰਨ ਦੀ ਜੋ ਡੇਟ ਰੱਖੀ ਗਈ ਹੈ 3.9.2022 ਤੋਂ ਸ਼ੁਰੂ ਹੋ ਚੁੱਕਿਆ ਹੈ ਜੀ ਅਪਲਾਈ ਹੋਣਾ ਤੇ ਲਾਸਟ ਡੇਟ ਟਾਈਮ ਰੱਖਿਆ ਗਿਆ ਹੈ ਜੀ 24.9.2022 ਰਾਤ 12:00 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਇਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਸੋਸਾਇਟੀ ਹੈ ਜੀ ਆਫ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ ਸਟਾਫ ਇਨ ਸਬੋਡੀਨੇਟ ਕੋਰਟਸ ਦੀ ਜੋ ਕਿ ਅੰਡਰ ਹੈ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੇ ਉਹਨਾਂ ਦੇ ਵੱਲੋਂ ਬਿਹਾਫ ਆਫ ਜੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੈ ਡਿਊਟੀ ਚੰਡੀਗੜ੍ਹ ਉਹਨਾਂ ਦੇ ਵਿੱਚ ਇਨਵਾਈਟ ਕੀਤਾ ਗਿਆ ਜੀ ਐਪਲੀਕੇਸ਼ਨਾਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਐਲੀਜੀਬਲ ਕੈਂਡੀਡੇਟਸ ਨੂੰ ਜੋ ਕਿ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ tps.c.gov.in ਦੇ ਉੱਤੇ ਅਪਲਾਈ ਕਰ ਸਕਦੇ ਹੋ ਜੀ ਪੋਸਟਾਂ ਕੁਝ ਇਸ ਪ੍ਰਕਾਰ ਨੇ ਜੀ ਪੋਸਟਾਂ ਨੇ ਜੀ ਕਲਰਕ ਦੀਆਂ ਟੋਟਲ ਪੋਸਟਾਂ ਦੀ ਗਿਣਤੀ ਹੈ 12 ਜਿਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਕੈਟਾਗਰੀ ਵਾਈ ਜਨਰਲ ਦੀਆਂ 9 ਪੋਸਟਾਂ ਨੇ ਐਸਸੀ ਦੀ ਇੱਕ ਪੋਸਟ ਹੈ ਓਬੀਸੀ ਦੀਆਂ ਦੋ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਜੋ ਪੋਸਟਾਂ ਦੀ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ਜੀ ਏ ਲਿਮਟ ਦੀ ਗੱਲ ਕਰੀਏ ਤਾਂ ਜਨਰਲ ਦੇ ਲਈ ਮਿਨੀਮਮ ਏਜ ਲਿਮਟ ਰੱਖੀ ਗਈ ਹੈ 18 ਤੇ ਮੈਕਸਿਮਮ ਏਜ ਲਿਮਟ ਰੱਖੀ ਗਈ ਹੈ ਜੀ 37 ਸਾਲ ਉਸ ਤੋਂ ਬਾਅਦ ਐਸਸੀ ਦੇ ਲਈ ਏ ਲਿਮਟ ਰੱਖੀ ਗਈ ਹੈ ਮਿਨੀਮਮ 18 ਤੇ ਮੈਕਸਿਮਮ 42 ਸਾਲ ਰੱਖੀ ਗਈ ਹੈ OBC ਦੇ ਲਈ ਠਾਕਾ ਟੁਕਾ 18 ਸਾਲ ਤੇ ਵੱਧ ਤੋਂ ਵੱਧ 40 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਅਗਰ ਤੁਸੀਂ BA ਕੀਤੀ ਹੈ ਬੈਚਲਰ ਆਫ ਆਰਟਸ ਕੀਤੀ ਹੈ ਜਾਂ ਬੈਚਲਰ ਆਫ ਸਾਇੰਸ ਕੀਤੀ ਹੈ ਜਾਂ ਇਸ ਦੇ ਬਰਾਬਰ ਦੀ ਕੋਈ ਯੋਗਤਾ ਪ੍ਰਾਪਤ ਕੀਤੀ ਹੈ ਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਅਤੇ ਕੈਂਡੀਡੇਟ ਨੇ ਜੀ 10ਵੀਂ ਪੱਧਰ ਦੇ ਉੱਤੇ ਹਿੰਦੀ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦੀ ਮਹਾਰਤ ਹਾਸਲ ਹੋਵੇ ਜੀ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕੋਈ ਟਰਮੈਂਟ ਕੰਡੀਸ਼ਨ ਜੇ ਦਿੱਤੀਆਂ ਹੋਈਆਂ ਨੇ ਜੀ ਜੋ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਪੇ ਅਨਸਰ ਸੈਕਟਰ ਹੋਵੇਗਾ ਜੋ ਕਿ ਰეკਮੈਂਡਡ ਕੈਂਡੀਡੇਟਸ ਵਿਲ ਬੀ ਗਵਰਨਡ ਐਸ ਪਰ ਦਾ ਲੇਟੈਸਟ ਰੂਲਸ ਐਂਡ ਇੰਸਟਰਕਸ਼ਨ ਇਸ਼ੂਡ ਬਾਈ ਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਜੋ ਰੂਲਸ ਨੇ ਉਹਨਾਂ ਦੇ ਅਕੋਰਡਿੰਗ ਮਿਲੇਗੀ ਜੀ ਉਸ ਤੋਂ ਬਾਅਦ फीस रखी गई है जीना पोस्टां दे लिए जनरल दे लिए फीस रखी गई 825 जी एससी ओबीसी दे लिए पो, पोस्ट जो फीस रखी गई है जी 525 ਰੁਪਏ ਰੱਖੀ ਗਈ ਹੈ ਸਪੈਸ਼ਲ ਇਨਸਟਰਕਸ਼ਨ ਜ ਦਿੱਤੀਆਂ ਹੋਈਆਂ ਨੇ ਇਹ ਐਡਮਿਟ ਕਾਰਡ ਜੋ ਜਨਰੇਟ ਹੋਗਾ ਨਾ ਦੀ ਆਫੀਸ਼ਲ ਵੈਬਸਾਈਟ ਤੋਂ ਹੋਵੇਗਾ ਤੇ ਤੁਹਾਨੂੰ ਮੇਲ ਵੀ ਪ੍ਰਾਪਤ ਹੋਵੇਗੀ ਜੀ ਟੈਸਟ ਸੈਂਟਰ ਹੋਣਗੇ ਜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਝੂਟੀ ਆਫ ਚੰਡੀਗੜ੍ਹ ਦੇ ਵਿੱਚ ਐਂਡ ਜੰਮੂ ਐਂਡ ਕਸ਼ਮੀਰ ਮਾਚਪਲੇ ਦਿੱਲੀ ਐਨ ਸੀ ਆਰ ਦੇ ਵਿੱਚ ਹੋਣਗੇ ਜੀ ਡੇਟ ਆਫ ਐਗਜ਼ਾਮੀਨੇਸ਼ਨ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਜੋ ਐ ਅਨਾਉਂਸ ਕਰ ਦਿੱਤੀ ਜਾਵੇਗੀ ਜੀ ਮੋਡ ਆਫ ਸਿਲੈਕਸ਼ਨ ਤੁਹਾਡਾ ਜੋ ਹੈ ਐਗਜ਼ਾਮੀਨੇਸ਼ਨ ਹੋਵੇਗਾ ਆਨਲਾਈਨ ਰਿਟਰਨ ਐਗਜ਼ਾਮੀਨੇਸ਼ਨ ਹੋਵੇਗਾ ਜੋ ਕਿ ਕੰਪਿਊਟਰ ਬੇਸਡ ਟੈਸਟ ਹੋਵੇਗਾ ਜਿਸ ਦੇ ਵਿੱਚ 2 ਘੰਟਿਆਂ ਦਾ ਟੈਸਟ ਲੈ ਆਵੇਗਾ ਜੀ 33% ਮਾਰਕਸ ਹੋਣੇ ਚਾਹੀਦੇ ਜੀ ਈਚ ਸਬਜੈਕਟ ਦੇ ਵਿੱਚ ਕੁਆਲੀਫਾਈ ਕਰਨ ਦੇ ਲਈ ਜੀ ਐਗਰੀਗੇਟ 40% ਮਾਰਕਸ ਚਾਹੀਦੇ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਬਜੈਕਟ ਕਿਹੜੇ-ਕਿਹੜੇ ਦੇ ਵਿੱਚੋਂ ਕੀ ਐਗਜ਼ਾਮ ਆਵੇਗਾ ਆਬਜੈਕਟਿਵ ਟਾਈਪ ਤੁਹਾਡਾ ਟੈਸਟ ਹੋਵੇਗਾ ਉਸ ਤੋਂ ਬਾਅਦ ਸਬਜੈਕਟਿਵ ਵੀ ਹੈ ਜਿਸ ਦੇ ਵਿੱਚ 에ਸੇ ਲੈਟਰ ਪ੍ਰੈਸੀ ਟ੍ਰਾਂਸਲੇਸ਼ਨ ਦੀ ਟੂ ਇੰਗਲਿਸ਼ ਹੋਵੇਗਾ ਜੀ ਟੋਟਲ 100 ਨੰਬਰ ਦਾ ਹੋਵੇਗਾ ਜੀ ਉਸ ਤੋਂ ਬਾਅਦ 네ਗੇਟਿਵ ਮਾਰਕਿੰਗ ਹੋਵੇਗੀ ਇਹਨਾਂ ਵੱਲੋਂ ਦੱਸਿਆ ਗਿਆ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਪੜ ਕੇ ਨੋਟੀਫਿਕੇਸ਼ਨ ਨੂੰ ਫੇਰੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਜੋ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ ਬਾਕਸプラス ਟੈਲੀਗ੍ਰਾਮ ਚੈਨਲ ਦੇ ਵਿੱਚ ਇਹ ਨੋਟੀਫਿਕੇਸ਼ਨ ਦਾ ਲਿੰਕ ਮਿਲ ਜਾਵੇਗਾ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰਿਓ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਵੀਡੀਓ ਬਣਾਉਨੇ ਆ ਤੇ ਪਹਿਲਾਂ ਪੋਸਟਾਂ ਲੱਭਦੇ ਆ ਤੇ ਫਿਰ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਆਉਨੇ ਆ ਇਸ ਲਈ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ